ਹਾਂਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਪਤੇ ਕੱਲ ਪਰਸੋ ਨਾ ਮੈਂ ਇੱਕ ਚਲਚਿੱਤਰ ਵੀਡੀਓ ਪਾਈ ਸੀਗੀ ਉਹਦੇ ਚ ਮੈਂ ਸਵਾਲ ਕੀਤਾ ਸੀਗਾ ਆਪਣੇ Hindu ਵੀਰਾਂ ਭੈਣਾਂ ਨੂੰ ਵੀ ਜੇ ਕਿਸੇ ਨੂੰ ਪਤਾ ਵੀ ਸਭ ਤੋਂ ਪਹਿਲਾ Hindu ਕਿਹੜਾ ਸੀ ਤੇ ਉਹਦੇ ਮਾਤਾ ਪਿਤਾ ਦਾ ਨਾਂ ਕੀ ਸੀ ਤੇ ਉਹਨਾਂ ਦਾ ਧਰਮ ਕੀ ਸੀ ਤੇ ਮੈਨੂੰ ਬੜੇ ਬਚਿੱਤਰ ਬਚਿੱਤਰ ਜੀਆਂ ਟਿੱਪਣੀਆਂ ਆਈਆਂ ਆ ਆਬਵੀਅਸਲੀ ਇਕੱਈ ਤਾਂ ਜਿੱਦਾਂ ਨਫ਼ਰਤੀ ਚਿੰਟੂ ਗਾਲੀ ਗਲੋਚ ਤੇ ਉੱਤਰਦੇ ਹੁੰਦੇ ਆ ਉਹ ਕਰਦੇ ਹੀ ਕਰਦੇ ਆ ਹਨਾ ਤੇ ਉਹਨਾਂ ਦੇ ਵਿੱਚ ਬੜੀਆਂ ਹਾਸੋਹੀਣੀਆਂ ਮੈਂ ਤੁਹਾਨੂੰ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਹੈਗਾ ਵੀ ਪਲੀਜ਼ ਜੇ ਤੁਸੀਂ ਇਹ ਕਹੋਗੇ ਬਿਗ ਬੈਂਗ ਚ ਤੁਸੀਂ ਨਿਕਲੇ ਆ ਤੇ ਉਦਾਂ ਦੀਆਂ ਪਲੀਜ਼ ਟਿੱਪਣੀਆਂ ਨਾ ਕਰਿਓ ਪਰ ਉਦਾਂ ਨਹੀਂ ਟਿੱਪਣੀਆਂ ਵੀ ਆ ਗਈਆਂ ਵੀ ਪਹਿਲਾ ਫਲਾਨਾ ਸੀ ਤੇ ਪਹਿਲਾ ਢਿੰਗੜਾ ਸੀਗਾ ਉਹ ਕਿਸੇ ਨੇ ਵਾਲਾਂ ਚ ਕੱਢ ਦਿੱਤਾ ਸੀ ਤੇ ਕਿਸੇ ਨੇ ਮੂੰਹ ਤੋਂ ਜਾਨੀ ਕਿ ਇਦਾਂ ਦੀਆਂ ਉਹ ਆਈਆਂ ਜਿਹੜੀਆਂ ਮੈਨੂੰ ਨਹੀਂ ਲੱਗਦੀਆਂ ਵੀ ਉਹ ਮੰਨਣਯੋਗ ਹੈਗੀਆਂ ਮੈਂ ਬੜਾ ਸਿੰਪਲ ਜਿਹਾ ਸਵਾਲ ਕੀਤਾ ਹੈਗਾ ਕਿਉਂਕਿ ਉਹ ਵੀ ਬੜਾ ਸਿੰਪਲ ਜਿਹਾ ਸਵਾਲ ਕਰਦੇ ਹੁੰਦੇ ਆ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਿਹੜੇ ਮਾਤਾ ਪਿਤਾ ਜੀ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਸੀਗੇ ਤੇ ਤਾਂ ਹੀ ਕਰਕੇ ਮੈਂ ਇਹ ਸਵਾਲ ਕੀਤਾ ਸੀਗਾ ਤੇ ਉਹਨਾਂ ਚੈਂਟੂਆਂ ਦੇ ਵਿੱਚ ਨਫਰਤੀ ਚੈਂਟੂਆਂ ਦੇ ਵਿੱਚ ਇੱਕ ਆ ਖਤਰੀ ਇੱਕ ਛਤਰੀ ਵੀ ਹੈਗਾ ਆ ਇਹਨੇ ਪਹਿਲੀਆਂ ਟਿੱਪਣੀਆਂ ਤਾਂ ਗਾਲਾਂ ਗੂਲਾਂ ਵੀ ਕੱਢੀਆਂ ਤੇ ਮੈਂ ਪਰ ਇਹੀ ਕਿਹਾ ਵੀ ਚੱਲ ਉਨੂੰ ਮੈਂ ਸਵਾਲ ਹੀ ਕੀਤਾ ਫੇਰ ਵੀ ਮੈਂ ਕਿਹਾ ਵੀ ਤੇਰੀ ਗਾਲਾਂ ਨਾਲ ਕੋਈ ਫਰਕ ਨਹੀਂ ਪੈਣਾ ਪਰ ਸਵਾਲ ਜੀ ਵੀ ਉੱਥੇ ਤਾਂ ਉੱਥੇ ਖੜਾ ਚਾਹੇ ਤੂੰ ਗਾਲਾਂ ਕੱਢਲਾ ਚਾਹੇ ਤੂੰ ਮਤਲਬ ਕਿ ਇਹਨੂੰ ਡਿਵੀਏਟ ਹੋਣ ਦੀ ਕੋਸ਼ਿਸ਼ ਹੀ ਕਰ ਪਰ ਉਹ ਸਵਾਲ ਉੱਥੇ ਤਾਂ ਉੱਥੇ ਰਹਿਣਾ ਤੇ ਮੁੜ ਕੇ ਚਿੰਟੂ ਸਾਹਿਬ ਨੇ ਆ ਕੇ ਇਤਨਾ ਕਹਿੰਦਾ ਵੀ ਤੇ ਖਤਰੀ ਤੁਹਾਡੀ ਤੁਹਾਡੀ ਜੱਟਾ ਧੀ ਪੇਣਾ ਇੱਜ਼ਤ ਬਚਾ ਕੇ ਲਿਉਂਦੇ ਸੀ ਸਾਡਾ ਇਸ਼ਾਨ ਭੁੱਲਣਾ ਨਹੀਂ ਜਿੰਨਾ ਕਿ ਮੈਂ ਸਮਝਿਆ ਇਹਦੀ ਗੱਲ ਤੋਂ ਇਹੇ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਜਿਹੜੇ ਖਤਰੀ ਸੀਗੇ ਉਹ ਜਟਾਂ ਦੀਆਂ ਧੀਆ ਪਹਿਣਾ ਦੀ ਇੱਜ਼ਤ ਬਚਾ ਕੇ ਲਿਆਉਂਦੇ ਸੀ ਤੇ ਇਹਨਾਂ ਦਾ एहसान ਨਹੀਂ ਭੁੱਲਣਾ ਵੀ ਪਹਿਲੀ ਗੱਲ ਤਾਂ ਇਹ ਵੀ ਪਤਾ ਨਹੀਂ ਕਿਹੜੇ ਕਿਹਨਾਂ ਦੀਆਂ ਧੀਆ ਪਹਿਣਾ ਇਹਨਾਂ ਨੇ ਬਚਾਤੀਆਂ ਖਤਰੀਆਂ ਨੇ ਪਰ ਮੈਂ ਇਹ ਪੁੱਛਣਾ ਮੈਂ ਇਹਨਾਂ ਦਾ एहसानमंद ਰਹਾਂਗਾ ਕਿਉਂਕਿ ਇਹਨਾਂ ਨੇ ਜਿਹੜਾ ਸਿੱਖ ਇਤਿਹਾਸ ਸੀ ਗੁਰ ਇਤਿਹਾਸ ਹੀ ਬਣ ਘੜਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਜੇ ਕਿਤੇ ਜਿਹੜੀ ਇਹਨਾਂ ਦੀ ਭੂਆ ਸੀਗੀ ਜੋਦਾਬਾਈ ਜੇ ਉਹ ਅਕਬਰ ਨੂੰ ਨਾ ਦਿੱਤੀ ਹੁੰਦੀ ਇਹਨਾਂ ਨੇ ਹਨਾ ਤੇ ਫੇਰ ਜਹਾਂਗੀਰ ਪੈਦਾ ਨਹੀਂ ਸੀ ਹੋਣਾ ਜਹਾਂਗੀਰ ਨਾ ਪੈਦਾ ਹੁੰਦਾ ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨਾ ਹੁੰਦੀ ਸੋ ਭਾਈ ਅਸੀਂ ਤੁਹਾਡੀਆਂ ਸ਼ਹਾਦਤਾਂ ਅਸੀਂ ਤੁਹਾਡੀਆਂ ਜਿਹੜੀਆਂ ਜਿਹੜੇ ਅਹਿਸਾਨ ਨੇ ਉਹ ਬਿਲਕੁਲ ਨਹੀਂ ਭੁੱਲੇ ਤੇ ਹੁਣ ਇਹ ਵੀ ਦੱਸ ਦਿਓ ਵੀ ਕਿਹੜੇ ਜੱਟਾਂ ਦੀਆਂ ਤੁਸੀਂ ਧੀਆਂ ਪੈਣਾ ਜਿਹੜੀਆਂ ਉਹ ਵਾਪਸ ਲਿਉਂਦੇ ਰਹੇ ਆ ਤੇ ਪਰ ਸਵਾਲ ਫੇਰ ਉਹੀ ਦਾ ਉਹੀ ਆ ਵੀ ਪਹਿਲਾ Hindu ਕੌਣ ਸੀ ਉਹਦੇ ਮਾਤਾ ਪਿਤਾ ਦਾ ਨਾਮ ਕੀ ਸੀ ਤੇ ਉਹਨਾਂ ਦੇ ਮਾਤਾ ਪਿਤਾ ਦਾ ਧਰਮ ਕਿਹੜਾ ਸੀ ਰੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ